ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸਾਹਿਤ ਸੰਸਾਰ ਦੇ ਵਿੱਚ। ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਪ੍ਰਸ਼ਨਾਂ ਦੀ ਅਸੀਂ ਪਿਛਲੇ ਲੈਕਚਰਾਂ ਦੇ ਵਿੱਚ ਚਰਚਾ ਕੀਤੀ ਸੀ। ਉਸੇ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਅਸੀਂ ਕੁਝ ਹੋਰ ਮਹੱਤਵਪੂਰਨ ਪ੍ਰਸ਼ਨਾਂ ਦੀ ਚਰਚਾ ਕਰਾਂਗੇ। ਆਓ ਵਧਦੇ ਹਾਂ ਆਪਣੇ ਪਹਿਲੇ ਪ੍ਰਸ਼ਨ ਦੇ ਵੱਲ। ਪਹਿਲਾ ਪ੍ਰਸ਼ਨ ਹੈ, ਮਹਾਰਾਜਾ ਰਣਜੀਤ ਸਿੰਘ ਬਾਰੇ ਅਵਤਾਰ ਸਿੰਘ ਆਜ਼ਾਦ ਨੇ ਕਿਹੜਾ ਮਹਾਂਕਾਵਿ ਲਿਖਿਆ ਹੈ? ਆਪਸ਼ਨਾਂ ਹਨ, ਮਰਦ ਅਗੰਬੜਾ, ਮਹਾਬਲੀ, ਵਿਸ਼ਵ ਨੂਰ, ਰੱਤ ਦਾ ਕੁੰਗੂ। ਇਸ ਦਾ ਸਹੀ ਉੱਤਰ ਹੈ ਮਹਾਬਲੀ। ਇਸ ਤੋਂ ਅਗਲਾ ਪ੍ਰਸ਼ਨ ਹੈ, ਕਿੱਸਾਕਾਰ ਹਾਸ਼ਮ ਪੁਸਤਕ ਦਾ ਰਚੈਤਾ ਹੈ? ਆਪਸ਼ਨਾਂ ਹਨ, ਪਿਆਰਾ ਸਿੰਘ ਪਦਮ, ਸੁਰਿੰਦਰਪਾਲ ਸਿੰਘ ਮੰਡ, ਗੁਰਦੇਵ ਸਿੰਘ, ਸ਼ਮਸ਼ੇਰ ਸਿੰਘ ਅਸ਼ੋਕ। ਇਸ ਦਾ ਸਹੀ ਉੱਤਰ ਹੈ ਸੁਰਿੰਦਰਪਾਲ ਸਿੰਘ ਮੰਡ। ਇਸ ਤੋਂ ਅਗਲਾ ਪ੍ਰਸ਼ਨ ਹੈ, ਆਪ ਗਵਾਏ ਸੇਵਾ ਕਰੇ ਤਾਂ ਕੁਛ ਪਾਏ ਮਾਨ, ਕਿਸ ਗੁਰੂ ਕਵੀ ਦੀ ਕਾਵਤੂਕ ਹੈ? ਆਪਸ਼ਨਾਂ ਹਨ, ਗੁਰੂ ਅੰਗਦ ਦੇਵ, ਗੁਰੂ ਨਾਨਕ ਦੇਵ, ਗੁਰੂ ਅਰਜਨ ਦੇਵ, ਗੁਰੂ ਰਾਮਦਾਸ ਜੀ। ਇਸ ਦਾ ਸਹੀ ਉੱਤਰ ਹੈ ਗੁਰੂ ਅੰਗਦ ਦੇਵ ਜੀ। ਇਸ ਤੋਂ ਅਗਲਾ ਪ੍ਰਸ਼ਨ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਭੱਟਾਂ ਦੀ ਬਾਣੀ ਦਰਜ ਹੈ? ਆਪਸ਼ਨਾਂ ਹਨ, 13, 11, 30, 31। ਇਸ ਦਾ ਸਹੀ ਉੱਤਰ ਹੈ 11। ਗੁਰੂ ਗ੍ਰੰਥ ਸਾਹਿਬ ਵਿੱਚ 11 ਭੱਟਾਂ ਦੀ ਬਾਣੀ ਦਰਜ ਹੈ। ਇਸ ਤੋਂ ਅਗਲਾ ਪ੍ਰਸ਼ਨ ਹੈ, ਪੁਰਸ ਲਾਤ ਕਾ ਪੰਥ ਦੁਹੇਲਾ, ਸੰਗ ਨਾ ਸਾਥੀ ਗਮਨ ਅਕੇਲਾ, ਕਿਸ ਮਹਾਂਪੁਰਸ਼ ਦੀ ਕਾਵਤੂਕ ਹੈ? ਆਪਸ਼ਨਾਂ ਹਨ, ਭਗਤ ਰਵਿਦਾਸ, ਭਗਤ ਕਬੀਰ, ਭਗਤ ਨਾਮਦੇਵ, ਬਾਬਾ ਸ਼ੇਖ ਫਰੀਦ। ਇਸ ਦਾ ਸਹੀ ਉੱਤਰ ਹੈ ਭਗਤ ਰਵਿਦਾਸ ਜੀ। ਇਸ ਤੋਂ ਅਗਲਾ ਪ੍ਰਸ਼ਨ ਹੈ, ਭੱਟਾਂ ਦੀ ਬਾਣੀ ਕਿਸ ਕਾਵਿ ਰੂਪ ਵਿੱਚ ਦਰਜ ਹੈ? ਆਪਸ਼ਨਾਂ ਹਨ, ਸ਼ਬਦ, ਵਾਰ, ਸਵਈਏ, ਸਲੋਕ। ਇਸ ਦਾ ਸਹੀ ਉੱਤਰ ਹੈ ਸਵਈਏ। ਭੱਟਾਂ ਦੀ ਬਾਣੀ ਸਵਈਏ ਕਾਵਿ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਇਸ ਤੋਂ ਅਗਲਾ ਪ੍ਰਸ਼ਨ ਹੈ, ਇਹਨਾਂ ਵਿੱਚੋਂ ਕਿੱਸਾਕਾਰ ਨਹੀਂ ਹੈ? ਆਪਸ਼ਨਾਂ ਹਨ, ਪੀਲੂ, ਫਜ਼ਲ ਸ਼ਾਹ, ਅਹਿਮਦ ਯਾਰ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੀਲੂ ਨੇ ਪ੍ਰਸਿੱਧ ਕਿੱਸਾ ਮਿਰਜ਼ਾ ਸਾਹਿਬਾ ਲਿਖਿਆ ਹੈ, ਫਜ਼ਲ ਸ਼ਾਹ ਨੇ ਸੋਹਣੀ ਲਿਖੀ ਹੈ, ਅਹਿਮਦ ਯਾਰ ਦੇ ਵੀ ਬਹੁਤ ਸਾਰੇ ਕਿੱਸੇ ਹਨ, ਤਾਂ ਇਹਨਾਂ ਵਿੱਚੋਂ ਮਟਕ ਬਚਦਾ ਹੈ। ਮਟਕ ਨੇ ਜੰਗਨਾਮਾ ਲਿਖਿਆ ਹੈ, ਇਸ ਲਈ ਇਹ ਕਿੱਸਾਕਾਰ ਨਹੀਂ ਹੈ। ਇਸ ਤੋਂ ਅਗਲਾ ਪ੍ਰਸ਼ਨ ਹੈ, ਪੂਰਨ ਭਗਤ ਦੀ ਕਥਾ ਹੈ ਇਤਿਹਾਸਕ, ਮਿਥਿਹਾਸਕ, ਦੰਤ ਕਥਾ, ਨੀਤੀ ਕਥਾ? ਇਸ ਦਾ ਸਹੀ ਉੱਤਰ ਹੈ ਦੰਤ ਕਥਾ। ਇਸ ਤੋਂ ਅਗਲਾ ਪ੍ਰਸ਼ਨ ਹੈ, ਕਿਹੜਾ ਜੁੱਟ ਸਹੀ ਹੈ? ਆਪਸ਼ਨਾਂ ਹਨ, ਮੁਹੰਮਦ ਬਖਸ਼, ਸੈਫਲ ਮਲੂਕ, ਗੁਰੂ ਨਾਨਕ ਦੇਵ ਜੀ, 52 ਅੱਖਰੀ, ਗੁਰੂ ਅਰਜਨ ਦੇਵ ਜੀ, ਪੱਟੀ, ਸ਼ਾਹ ਹੁਸੈਨ, ਦੋੜੇ। ਇਸ ਦਾ ਸਹੀ ਉੱਤਰ ਹੈ ਮੁਹੰਮਦ ਬਖਸ਼, ਸੈਫਲ ਮਲੂਕ। ਮੁਹੰਮਦ ਬਖਸ਼ ਨੇ ਸੈਫਲ ਮਲੂਕ ਦਾ ਪ੍ਰਸਿੱਧ ਕਿੱਸਾ ਰਚਿਆ ਹੈ। ਇਸ ਤੋਂ ਇਹ ਸਨ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਪ੍ਰਸ਼ਨ। ਉਮੀਦ ਕਰਦੇ ਹਾਂ ਇਹ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਸਾਬਿਤ ਹੋਵੇਗੀ। ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਚੈਨਲ ਸਾਹਿਤ ਸੰਸਾਰ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਾ ਬਟਨ ਦਬਾ ਕੇ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸਾਂਝਾ ਕਰੋ। ਧੰਨਵਾਦ।